ਮੈਂ ਸਮੁੱਚੀ ਦਿੱਲੀ ਦੇ ਜਿਹੜੇ ਵਾਸੀ ਹਨ ਜਿਨ੍ਹਾਂ ਨੇ ਆਪਣੀ ਵੋਟਾਂ 7 ਫਰਵਰੀ ਨੂੰ ਪਾਉਣੀਆਂ ਹਨ ਉਹਨਾਂ ਨੂੰ ਅਪੀਲ ਕਰਨ ਜਾ ਰਿਹਾ। ਤਕਰੀਬਨ ਪਿਛਲੇ 1.25 ਸਾਲ ਤੋਂ ਦਿੱਲੀ ਦੇ ਵਿੱਚ ਸੈਂਟਰ ਦਾ ਸਰਕਾਰ ਸੀ, ਜਿਹਦਾ ਮਤਲਬ ਕਿ ਦਿੱਲੀ ਦੇ ਵਿੱਚ ਭਾਜਪਾ ਜਿਹੜੀ ਹੈ ਉਹੀ ਹਕੂਮਤ ਕਰ ਰਹੀ ਸੀ। ਮੈਂ ਦੇਖਣ ਵਿੱਚ ਆਇਆ ਹੈ ਕਿ ਜਿਹੜੇ ਵੀ ਪ੍ਰੋਜੈਕਟ ਸ਼ੁਰੂ ਹੋਏ ਹੋਏ ਸਨ ਉਹਨਾਂ ਪ੍ਰੋਜੈਕਟਾਂ ਦੇ ਵਿੱਚ ਕੋਈ ਵੀ ਤੇਜ਼ੀ ਵਾਲੀ ਗੱਲ ਨਹੀਂ ਸੀ, ਬੜੇ ਸਲੋ ਮੂਵਮੈਂਟ ਦੇ ਵਿੱਚ ਉਹ ਸਾਰੇ ਪ੍ਰੋਜੈਕਟ ਚੱਲ ਰਹੇ ਸਨ। ਜੇ ਇਹ ਗੱਲ ਅਸੀਂ ਕਹਿ ਦਈਏ ਕਿ ਦਿੱਲੀ ਦੇ ਵਿੱਚ ਨਰੋਲ ਇਹਨਾਂ ਦੇ ਹੇਠਾਂ ਜਿਹੜੀਆਂ ਦੀ ਆਪਣੀ ਸਰਕਾਰ ਸੀ, ਸਭ ਸੈਂਟਰ ਵੀ ਇਹਨਾਂ ਦਾ ਆਪਣਾ ਸੀ, ਸਾਡੀ ਐਡਮਿਨਿਸਟ੍ਰੇਸ਼ਨ ਵੀ ਇਹਨਾਂ ਦੀ ਸੀ, ਤਾਂ ਉਹਦੇ ਵਿੱਚ ਕੋਈ ਵੀ ਡਿਵੈਲਪਮੈਂਟ ਦਾ ਕੰਮ ਜਿਹੜਾ ਬਿਲਕੁਲ ਨਹੀਂ ਹੋਇਆ। ਲਾਅ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਸੀ ਉਹ ਵੀ ਖਰਾਬ ਰਹੀ, ਜਿਨ੍ਹਾਂ ਕਰਕੇ ਪਿਛਲੀਆਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਉਹਨਾਂ ਵਿੱਚ ਵੀ ਰੇਪ ਦੇ ਮਾਮਲਿਆਂ ਦੇ ਵਿੱਚ, ਡਕੈਤੀ ਦੇ ਮਾਮਲਿਆਂ ਦੇ ਵਿੱਚ ਇੱਕ ਪੈਸੇ ਦੀ ਕਮੀ ਨਹੀਂ ਆਈ, ਸਗੋਂ ਉਹਦੇ ਵਿੱਚ ਇਜ਼ਾਫਾ ਹੋਇਆ। ਉਸ ਤੋਂ ਇਲਾਵਾ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਜਿਹੜੀ ਇੱਕ ਬਹੁਤ ਸਮਤੀ ਬਹੁਤ ਵੱਡੀ ਗਿਣਤੀ ਦੇ ਬਹੁਤ ਵੱਡੇ ਫਰਕ ਦੇ ਨਾਲ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ, ਉਹਨਾਂ ਦੇ ਪਾਰਟੀ ਦੇ ਮੈਂਬਰਾਂ ਨੂੰ ਚੁਣਿਆ ਗਿਆ, ਪਰ ਮੈਂ ਦੇਖ ਰਿਹਾ ਕਿ ਸੈਂਟਰ ਦੇ ਵਿੱਚ ਵੀ ਗੱਲਾਂ ਹੀ ਗੱਲਾਂ ਹਨ, ਕੋਈ ਕੰਮ ਨਹੀਂ ਹੋ ਸਕਿਆ। ਹਿੰਦੁਸਤਾਨ ਦੀ ਤਰੱਕੀ ਦੀ ਗੱਲ ਨਹੀਂ ਹੋ ਸਕੀ, ਮਹਿੰਗਾਈ ਜਿਹੜੀ ਸਰਦੀਆਂ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਸਸਤੀਆਂ ਹੋ ਜਾਂਦੀਆਂ ਸਨ, ਅੱਜ ਉਹ ਵੀ ਇਸ ਤਰ੍ਹਾਂ ਮਹਿੰਗੀਆਂ ਹੋਈਆਂ ਹਨ ਜਿਵੇਂ ਕਿ ਆਫ ਸੀਜ਼ਨ ਦੇ ਵਿੱਚ ਸਬਜ਼ੀਆਂ ਮਹਿੰਗੀਆਂ ਹੁੰਦੀਆਂ ਹਨ। ਕੋਈ ਚੀਜ਼ ਲੈ ਲਓ, ਹੱਥ ਲਾਉਣ ਨੂੰ ਦਿਲ ਨਹੀਂ ਕਰਦਾ, ਭਾਵੇਂ ਸਬਜ਼ੀਆਂ ਹਨ, ਭਾਵੇਂ ਗੋਭੀ ਮਟਰ ਅਤੇ ਪਿਆਜ਼ ਅਤੇ ਆਲੂ ਹਨ, ਬਾਕੀ ਤਾਂ ਛੱਡ ਹੀ ਦਿਓ। ਹਰ ਚੀਜ਼ ਜਿਹੜੀ ਹੈਗੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਜਾ ਰਹੀ ਹੈ। ਜਦਕਿ ਪਿਛਲੇ 9 ਮਹੀਨਿਆਂ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਹਨ ਉਹ 63% ਤੋਂ ਵੱਧ ਘੱਟ ਗਈਆਂ ਹਨ। ਅੱਗੇ ਜਿਲ੍ਹੇ ਕਿਸੇ ਚੀਜ਼ ਦੀ ਮਹਿੰਗਾਈ ਹੁੰਦੀ ਸੀ ਤਾਂ ਉਹਦਾ ਕਾਰਨ ਦਿੱਤਾ ਜਾਂਦਾ ਸੀ ਕਿ ਪੈਟਰੋਲ ਵੱਧ ਗਿਆ, ਡੀਜ਼ਲ ਮਹਿੰਗਾ ਹੋ ਗਿਆ, ਜਿਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਮਹਿੰਗਾਈ ਹੋਈ ਹੈ। ਪਰ ਅਸੀਂ ਇਹ ਦੇਖ ਰਹੇ ਹਾਂ ਕਿ 63% ਕੀਮਤਾਂ ਘੱਟ ਹੋਣ ਦੇ ਬਾਵਜੂਦ ਇਹਨਾਂ ਨੇ ਕੁੱਲ 16% ਜਿਹੜੇ ਹੈਗੇ ਪੈਟਰੋਲ ਔਰ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਹਨ। ਜਦਕਿ ਅੱਜ ਜਿਸ ਹਿਸਾਬ ਦੇ ਮਾਰਕੀਟ ਇੰਟਰਨੈਸ਼ਨਲ ਮਾਰਕੀਟ 'ਚ ਰੇਟ ਹੈ, ਅੱਜ 34-35 ਰੁਪਏ ਲੀਟਰ ਪੈਟਰੋਲ ਦਾ ਭਾਅ ਆਉਣਾ ਚਾਹੀਦਾ ਔਰ 28-29 ਰੁਪਏ ਡੀਜ਼ਲ ਦਾ ਭਾਅ ਆਉਣਾ ਚਾਹੀਦਾ। ਗੈਸ ਦੇ ਸਿਲੰਡਰਾਂ ਦੀ ਕੀਮਤ ਬਿਲਕੁਲ ਨਹੀਂ ਘਟਾਈ, ਲੋਕਾਂ ਦਾ ਵਾਧੂ ਦਾ ਭਾਰ ਉਹਨਾਂ ਦੇ ਸਿਰ 'ਤੇ ਪਾਇਆ ਗਿਆ। ਇਹ ਮੈਂ ਸਮਝਦਾ ਕਿ ਰੋਜ਼ਮਰਾਂ ਦੀਆਂ ਗੱਲਾਂ ਹਨ। ਇੰਟਰਨੈਸ਼ਨਲ ਦੇ ਵਿੱਚ ਜਿਸ ਤਰ੍ਹਾਂ ਓਬਾਮਾ ਸਾਹਿਬ ਆਏ ਨੇ ਔਰ ਜਿਹਾ ਉਹ ਆਖਰੀ ਦਿਨ ਹਿੰਦੁਸਤਾਨ ਦੀ ਸਰਕਾਰ 'ਤੇ ਚਪੇਟ ਮਾਰ ਕੇ ਗਏ ਨੇ ਕਿ ਹਿੰਦੁਸਤਾਨ ਦੇ ਵਿੱਚ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲੋਗੇ, ਸਾਰੇ ਧਰਮਾਂ ਨੂੰ ਆਜ਼ਾਦੀ ਨਾਲ ਕੰਮ ਕਰਨ ਨੂੰ ਦਿਓਗੇ, ਕਿਉਂਕਿ ਇਹਨਾਂ ਦੇ ਰਾਜ ਦੇ ਵਿੱਚ ਇਹ ਚੀਜ਼ਾਂ ਦੀ ਜਿਹੜੀ ਹੈ ਅਣਹੋਂਦ ਜਿਹੜੀ ਸੀ ਉਹ ਆ ਗਈ ਸੀ। ਔਰ ਇਹ ਨਹੀਂ ਕਿ ਇਹ ਸ਼ਹਿਰੇ ਆਮ ਸਟੇਜਾਂ ਦੇ ਉੱਤੇ ਗਿਆ, ਹਰਾਮਜ਼ਾਦੇ ਔਰ ਹਰਾਮਜ਼ਾਦੇ ਜਿਹੜੇ ਹਰਾਮਜ਼ਾਦੇ ਹੈਗੇ ਉਹ ਸਾਨੂੰ ਵੋਟ ਨਾ ਪਾਉਣ। ਔਰ ਸਭ ਤੋਂ ਵੱਡੀ ਖੂਬੀ ਇਹ ਰਹੀ ਕਿ ਉਸ ਸਟੇਜ ਦੇ ਜਿਹੜੇ ਸਨ ਉਹ ਬਾਦਲ ਦਲ ਦੇ ਜਿਹੜੇ ਉਮੀਦਵਾਰ ਸਨ, ਭਾਵੇਂ ਸਰਸਾ ਸੀ, ਰਾਮੂ ਵਾਲੀਆ ਸੀ, ਇਹ ਖੜ੍ਹੇ ਹੋਏ ਸਨ। ਔਰ ਉਸ ਸਾਧਵੀ ਨੂੰ ਇਹ ਗੱਲਾਂ ਕਹਿਣ ਦੇ ਬਾਵਜੂਦ ਦਿੱਲੀ ਕਮੇਟੀ ਤੋਂ ਜਿਹੜੇ ਸਰੋਪਾ ਲਿਆਏ ਗਏ ਸਨ, ਕਿਰਪਾਨ ਔਰ ਸਰੋਪਾ, ਉਸ ਨੂੰ ਭੇਟ ਦਿੱਤੇ ਗਏ। ਮੈਂ ਸਮਝਦਾ ਕਿ ਸਿੱਖਾਂ ਦੀ ਇਸ ਤੋਂ ਵੱਧ ਬੇਇੱਜ਼ਤੀ ਔਰ ਕੌਮ ਧਰੋਹੀ ਇਹ ਕਰ ਨਹੀਂ ਸਕਦੇ ਜੋ ਇਹਨਾਂ ਨੇ ਕੀਤੀ ਹੈ, ਉਹ ਪਿਛਲੇ ਸਮੇਂ ਤੋਂ ਕਰ ਰਹੇ ਹਨ। ਤਕਰੀਬਨ ਖਾਲੀ ਰਜੌਰੀ ਗਾਰਡਨ ਹਲਕੇ ਦੇ ਵਿੱਚ 2 ਕਰੋੜ ਰੁਪਏ ਤੋਂ ਉੱਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਗ ਚੁੱਕਾ ਹੈ। ਜਿਤਨਾ ਸਮਾਨ ਸ਼੍ਰੀਨਗਰ ਦੇ ਲਈ, ਕਸ਼ਮੀਰ ਦੇ ਲਈ, ਉੱਥੋਂ ਦੇ ਜਿਹੜੇ ਹਾੜ ਵਗੈਰਾ ਆਏ ਸਨ ਉਹਨਾਂ ਦੇ ਲਈ ਆਇਆ ਸੀ, ਉਹ ਸਾਰਾ ਸਮਾਨ ਸਰਸੇ ਨੇ ਆਪਣੇ ਇਲਾਕੇ ਦੇ ਵਿੱਚ ਵੰਡਿਆ, ਜਿਹਦੀ ਕਿ ਸ਼ਹਿਰੇ ਆਮ ਚਰਚਾ ਹੈ ਔਰ ਸਾਰੇ ਲੋਕ ਗਵਾਹੀ ਦੇਣ ਨੂੰ ਤਿਆਰ ਬੈਠੇ ਹਨ। 200 ਤੋਂ ਵੱਧ ਬੰਦਾ ਜਿਹੜਾ ਹੈਗਾ ਇਸ ਵਕਤ ਇਹਨਾਂ ਦੇ ਹਲਕਿਆਂ 'ਚ ਕੰਮ ਕਰ ਰਿਹਾ ਔਰ ਤਕਰੀਬਨ 50-50 ਬੰਦੇ ਬਾਕੀ ਹਲਕਿਆਂ ਦੇ ਵਿੱਚ ਦਿੱਲੀ ਕਮੇਟੀ ਔਰ ਦਿੱਲੀ ਕਮੇਟੀ ਨਾਲ ਸੰਬੰਧਿਤ ਸਕੂਲਾਂ ਕਾਲਜਾਂ ਦੇ ਜਿਹੜੇ ਹਨ ਉਹ ਕੰਮ ਕਰ ਰਹੇ ਹਨ, ਜਿਹਦਾ ਸਪਸ਼ਟ ਵਰਤ ਹੈਗਾ
कि दिल्ली कमेटी के सारे साधनों की वरतों अकाली दल जिहड़ा बादल है वह कर रहा है। मैं हुण जिहड़ी अपील करन जाण चाह रहा कि असी क्योंकि वक्त है नहीं, मैं सिर्फ यह अपील करनी चाहता वा कि जिस तरह असी अपनी पंथक कन्वेंशन दे फैसला लिया वे कि जितने भी सिख उम्मीदवार खड़े हैं भावें वह कांग्रेस हैं या आप दे हैं उन्होंने सारिया नूं बहुत वड्डी गिणती च वोटां पा के तुसीं जिताना है। और अज चेंज जिहड़ा है दिल्ली दे विच बहुत जरूरी है क्योंकि जे चेंज ना होया जे भाजपा नूं ना हराया गया तो मैं समझदा वा कि आने वाले समय दे विच एक डिक्टेटराना रूप दे विच हिंदुस्तान दे विच राज होएगा जिस नूं हटाण दे लई बड़ी मेहनत करनी पेगी, बड़ी एजिटेशन करनी पेगी। असी इन्हां गल्लां तों बचण लई दिल्ली क्योंकि सारे हिंदुस्तान जिहड़ा है वह दिल्ली वसिया होया है, हर वर्ग किस कोई ऐसी स्टेट नहीं है जिहड़ा ये कह सके मैं दिल्ली च नहीं रहिंदा, मेरी रिप्रजेंटेशन नहीं है। इस वास्ते मैं दिल्ली वासियां नूं अपील करदा वां कि भाजपा और बादल दल दे गठजोड़ नूं बहुत बुरी तरह हार दिती जावे। बादल दल और भाजपा के गठजोड़ नूं इस वास्ते भी हार दिती जावे कि पंजाब की सारी इकानमी नूं फना करके रख दिता है, पंजाब की सारी नौजवानी नूं उन्होंने खत्म करके रख दिता है। और जिहड़े जितने भी लोग हैं 70% लोगों डायरैक्ट अडिक्ट बनाता है। एक धर्मी खिता सी हिंदुस्तान का, सारा हिंदुस्तान भी धर्मी है पर पंजाब जिहड़ी सी जिन्हों गुरुआं की धरती नाल जाणिया जांदा सी अज उत्थे उन्होंने धर्म की तबाही मचा के रख दी है। और वो सारी जिहड़ी ड्रग मनी सी और जिहड़े करप्शन के पैसे सन अज सारे दिल्ली में पहुँच चुके हैं। आने वाले जिहड़े दो दिन हैं ये बहुत महत्वपूर्ण हैं। मैं ये बेनती करनी चाहता वा जिहड़े भी वर्कर हैं भावें वह कांग्रेस के वर्कर हैं भावें आप दे वर्कर हैं भावें श्रोमणी अकाली दल दिल्ली के वर्कर हैं या होर जिहड़े बछिंदे हैं जिन्हां नूं अपने मुल्क प्रति दर्द है जिन्हां नूं दिल्ली प्रति दर्द है वह सारे के सारे वलंटियर बन के और इन्हां दे उत्ते पूरी निगरानी करन। जिहड़ा भी पैसा शराब कबाब होर जिहड़े इन्हां ने चीज़ां देणियां वह बिल्कुल ना दे दित्तियां जाण। निरभ हो के निर्वैर होकर तुसीं अपनी वोट पानी है और तुहाडी एक एक वोट जिहड़ी है इन्हां दे खिलाफ भुगते तां कि ये जिहड़ियां गुरु की गोलोक दे नाल जिहड़ियां इलैक्शन लड़ रहे हैं, ड्रग मनी नाल जिहड़े इलैक्शन लड़ रहे हैं, जिहड़े अरबां रुपए इलैक्शन जितण दे ला रहे हैं, ये दिल्ली के लोग दस देण जितनी मर्जी ये जी हराम की कमाई ले आओ पर दिल्ली दे विच इस कमाई दे नाल तुसीं जित नहीं सकदे। एक दो बार दिल्ली की संगत जिहड़ी है धोखा खा गई है पर मैं समझदा वा हुण धोखा खाने वाली गल नहीं रही। हर बंदे नूं पता है ये कि कमाई वरत के लोगों नूं रला के लोगों का मान खरीद के लोगों का धर्म खरीद के जिहड़ियां वोटां लैना चाहते हैं उहदे च इन्हां नूं पूरी तरह शिकस्त दिओ। और मैं तो अकाल पुरख अरदास करदा कि सच्चे पातशाह इन्हां सारियां धर्म वेचण वालियां नूं नशे वेचण वालियां नूं अडिक्ट मनी नाल पैसी हुई कमाई देना चोणा लड़न वालियां दीआं जमानतां जब्त कराओ तां कि इन्हां नूं पूरी तरह सबक सीख सके। ये बेनती करदा आया मैं एक बार फिर बेनती करांगा जिहड़ी भी पार्टी भाजपा अकाली दल गठजोड़ नूं हराउंदी है उस नूं वोटां पा के और दिल्ली दे विच इक चंगा ते सुचज्जा राज दी स्थापना करो। पुरचुक दी माफी। वाहिगुरू जी का खालसा वाहिगुरू जी की फतेह।